Whatever the mind can conceive, it can achieve. दोस्तों जीवन फूलों की सेज है या कंडियां दा बिछौना क्यों कोई सारी उम्र दूजियां लई तरस दा पात्र बनिया रहिंदा है क्यों कुछ लोग हर पल हर घड़ी दुखां मुसीबतां च घिरे रब नूं कोसते तुर जांदे हन क्यों किसे लई काली रात दे बाद सूरज निकलण दी वी आस नहीं बनती इंस्पायरिंग मोमेंट्स वाहिगुरु जी का खालसा वाहिगुरु जी की फतेह ਪਿਆਰੇ ਦਰਸ਼ਕੋ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਇੰਦਰਜੀਤ ਸਿੰਘ ਗੁਗਨਾਨੀ ਇਨਸਪਾਇਰਿੰਗ ਮੂਮੈਂਟਸ ਪ੍ਰੇਰਨਾਦਾਇਕ ਪਲ ਸ਼ੋਅ ਲੈ ਕੇ ਪਿਛਲੇ ਹਫ਼ਤੇ ਦੇ ਇਨਸਪਾਇਰਿੰਗ ਮੂਮੈਂਟ ਸ਼ੋਅ ਦਾ ਵਿਸ਼ਾ ਸੀ ਉੱਦਮ ਕਰਿੰਦਿਆਂ ਜੀਓ ਤੂੰ ਭਾਵ ਇਹ ਇਨਸਾਨ ਤੂੰ ਇਸ ਸੰਸਾਰ ਵਿੱਚ ਵਿਚਰਦਿਆਂ ਕੁਝ ਕਾਰ ਵਿਹਾਰ ਕਰ ਕੁਝ ਉੱਦਮ ਕੁਝ ਉਪਰਾਲਾ ਕਰ ਇਸ ਤੋਂ ਪਹਿਲੇ ਕਿ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂ ਮੈਂ ਚਾਹਾਂਗਾ ਤੁਹਾਡਾ ਸਭ ਦਾ ਪ੍ਰੋਗਰਾਮ ਦੀ ਫੀਡਬੈਕ ਦੇਣ ਲਈ ਬਹੁਤ ਬਹੁਤ ਧੰਨਵਾਦ ਕਰਾਂ ਅਤੇ ਨਾਲ ਹੀ ਤੁਹਾਨੂੰ ਇੱਕ ਬੇਨਤੀ ਵੀ ਕਰਾਂ ਕਿ ਜ਼ਰੂਰ ਆਪਣੇ ਵਿਚਾਰ ਅਤੇ ਸੁਝਾਅ ਸਾਡੇ ਤੱਕ ਪੁੱਜਦੇ ਕਰਿਆ ਕਰੋ ਤਾਂ ਕਿ ਅਸੀਂ ਇਸ ਪ੍ਰੋਗਰਾਮ ਨੂੰ ਹੋਰ ਵੀ ਬਿਹਤਰ ਬਣਾ ਸਕੀਏ ਅਤੇ ਹੁਣ ਚੱਲਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵੱਲ ਅੱਜ ਦਾ ਵਿਸ਼ਾ ਹੈ ਜੈਸਾ ਸੇਵੈ ਤੈਸਾ ਹੋਏ ਭਾਵ ਜੇ ਅਸੀਂ ਇਸ ਵਿਸ਼ੇ ਦੇ ਸ਼ਬਦੀ ਅਰਥਾਂ ਵੱਲ ਚੱਲੀਏ ਜੈਸਾ ਸੇਵਾ ਜਿਸ ਤਰ੍ਹਾਂ ਦਾ ਅਸੀਂ ਚਿੰਤਨ ਕਰਦੇ ਹਾਂ ਸੋਚਦੇ ਹਾਂ ਤੈਸਾ ਹੋਵੇ ਭਾਵ ਉਸੇ ਤਰ੍ਹਾਂ ਦਾ ਹੀ ਹੁੰਦਾ ਹੈ ਉਹ ਕਿਵੇਂ ਮਸ਼ਹੂਰ ਕਵੀ ਲਾਓਜ਼ੂ ਨੇ ਇਸ ਨੂੰ ਬਹੁਤ ਵਧੀਆ ਢੰਗ ਨਾਲ ਬਿਆਨਿਆ ਹੈ ਕਿ ਜੋ ਅਸੀਂ ਹਰ ਪਲ ਸੋਚਦੇ ਹਾਂ ਉਹ ਸ਼ਬਦ ਬਣ ਸਾਡੀ ਜ਼ੁਬਾਨ ਤੋਂ ਨਿਕਲਦਾ ਹੈ ਅਤੇ ਫਿਰ ਸਾਡੇ ਅਮਲਾਂ ਵਿੱਚ ਉਸ ਦੀ ਝਲਕ ਪੈਣ ਲੱਗਦੀ ਹੈ ਲੋਕ ਸਾਡੇ ਵਤੀਰੇ ਤੋਂ ਸਾਡੇ ਹਾਵ ਭਾਵ ਤੋਂ ਸਮਝਣ ਲੱਗਦੇ ਹਨ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਇੰਝ ਇਹ ਸਾਡੀ ਆਦਤ ਬਣ ਜਾਂਦਾ ਹੈ ਅਤੇ ਫਿਰ ਸਾਡਾ ਚਰਿੱਤਰ ਹੋਰ ਨਿਬੜਦਾ ਹੈ ਅਤੇ ਅਖੀਰ ਸਾਡਾ ਚਰਿੱਤਰ ਹੀ ਸਾਡੀ ਕਿਸਮਤ ਬਣ ਸਾਡੇ ਰੂਬਰੂ ਆ ਖੜਾ ਹੁੰਦਾ ਹੈ ਪਿਆਰੇ ਦੋਸਤੋ ਵਿਦਵਾਨ ਜੈਕ ਕੈਨਫੀਲਡ ਲਿਖਦਾ ਹੈ ਇਟਸ ਏ ਯੂਨੀਵਰਸਲ ਪ੍ਰਿੰਸੀਪਲ ਦੈਟ ਯੂ ਗੈਟ ਮੋਰ ਆਫ ਵਟ ਯੂ ਥਿੰਕ ਅਬਾਊਟ ਟੋਕ ਅਬਾਊਟ ਐਂਡ ਫੀਲ ਸਟਰੋਂਗਲੀ ਅਬਾਊਟ ਭਾਵ ਇਹ ਸੱਚ ਹੈ ਕਿ ਤੁਹਾਨੂੰ ਉਹ ਸਭ ਝੋਲੀਆਂ ਭਰ ਭਰ ਕੇ ਮਿਲਦਾ ਹੈ ਜਿਸ ਬਾਰੇ ਤੁਸੀਂ ਸੋਚਦੇ ਹੋ ਹਰ ਸਮੇਂ ਗੱਲ ਕਰਦੇ ਹੋ ਅਤੇ ਜਿਸ ਬਾਰੇ ਬਹੁਤ ਹੀ ਜ਼ਿਆਦਾ ਭਾਵਨਾਤਮਕ ਤੌਰ 'ਤੇ ਮਹਿਸੂਸ ਕਰਦੇ ਹੋ ਪਿਆਰੇ ਦਰਸ਼ਕੋ ਮਹਾਤਮਾ ਬੁੱਧ ਵੀ ਇੱਕ ਜਗ੍ਹਾ ਲਿਖਦੇ ਹਨ ਕਿ ਅਸੀਂ ਜੋ ਕੁਝ ਹਾਂ ਆਪਣੀਆਂ ਸੋਚਾਂ ਕਰਕੇ ਹਾਂ ਆਪਣੀਆਂ ਸੋਚਾਂ ਨਾਲ ਹੀ ਅਸੀਂ ਆਪਣਾ ਸੰਸਾਰ ਬਣਾਉਂਦੇ ਹਾਂ ਅਸੀਂ ਜਿਸ ਵਿਚਾਰ ਜਾਂ ਜਿਸ ਵਸਤ ਦਾ ਚਿੰਤਨ ਹਰ ਸਮੇਂ ਕਰਦੇ ਹਾਂ ਉਹੀ ਵਸਤ ਸਾਡੇ ਜੀਵਨ ਵਿੱਚ ਪੈਦਾ ਹੋ ਜਾਂਦੀ ਹੈ ਸਾਨੂੰ ਮਿਲ ਜਾਂਦੀ ਹੈ ਸਾਡੀ ਗਰੀਬੀ ਸਾਡੀ ਬੇਵਸੀ ਸਾਡਾ ਚਿੜਚਿੜਾਪਨ ਕਿਸੇ ਹੋਰ ਦੀ ਨਹੀਂ ਸਗੋਂ ਸਾਡੀ ਆਪਣੀ ਹੀ ਉਪਜ ਹੈ ਸਾਡੀ ਆਪਣੀ ਸੋਚ ਦੀ ਦੇਣ ਹੈ ਅਸੀਂ ਜ਼ਿੰਦਗੀ ਵਿੱਚ ਜੋ ਸੋਚਦੇ ਹਾਂ ਉਹ ਹੀ ਬਣਦੇ ਹਾਂ ਸ਼ਾਇਦ ਤੁਸੀਂ ਸੁਣਿਆ ਹੋਵੇਗਾ ਐਜ਼ ਯੂ ਥਿੰਕ ਸੋ ਸ਼ੈਲ ਯੂ ਬੀ ਤੁਸੀਂ ਜਿਹੋ ਜਿਹਾ ਸੋਚੋਗੇ ਉਹ ਜਿਹੇ ਬਣ ਜਾਓਗੇ ਅੱਜ ਅਸੀਂ ਇਹ ਵਿਚਾਰ ਕਰਨੀ ਹੈ ਕਿ ਸਾਡੀ ਸੋਚ ਦਾ ਸਾਡੇ ਵਿਚਾਰਾਂ ਦਾ ਸਾਡੇ ਜੀਵਨ 'ਤੇ ਕਿਵੇਂ ਅਤੇ ਕੀ ਪ੍ਰਭਾਵ ਪੈਂਦਾ ਹੈ ਵਿਦਵਾਨਾਂ ਦਾ ਵਿਚਾਰ ਹੈ ਕਿ ਅਸੀਂ ਇੱਕ ਦਿਨ ਵਿੱਚ ਲਗਭਗ 50,000 ਤੋਂ ਵੀ ਜ਼ਿਆਦਾ ਸੋਚਾਂ ਜਾਂ ਵਿਚਾਰ ਸੋਚਦੇ ਹਾਂ ਜਿਸ ਅਨੁਸਾਰ ਘੰਟੇ ਵਿੱਚ ਲਗਭਗ 2100 ਸੋਚਾਂ ਇੱਕ ਮਿੰਟ ਵਿੱਚ ਲਗਭਗ 350 ਸੋਚਾਂ ਅਤੇ ਇੱਕ ਸੈਕਿੰਡ ਵਿੱਚ 50 ਤੋਂ ਵੀ ਉੱਪਰ ਸੋਚਾਂ ਬਣਦੀਆਂ ਹਨ ਇਹ ਸੋਚਾਂ ਆਖਰ ਕੌਣ ਸੋਚਦਾ ਹੈ ਸਾਡਾ ਮਨ ਇਸ ਲਈ ਤਾਂ ਗੁਰੂ ਨਾਨਕ ਦੇਵ ਜੀ ਇੱਕ ਜਗ੍ਹਾ ਲਿਖਦੇ ਹਨ ਮਨ ਜੀਤੇ ਜਗ ਜੀਤ ਕੰਕਰ ਯੋਰ ਓਨ ਮਾਇੰਡ ਦੈਨ ਕੰਕਰ ਦ ਵਰਲਡ ਜੇ ਤੂੰ ਆਪਣੇ ਮਨ ਨੂੰ ਜਿੱਤ ਲਵੇਂ ਤਾਂ ਤੂੰ ਸਾਰੇ ਜਗਤ ਨੂੰ ਜਿੱਤ ਸਕਦਾ ਹੈ ਦੋਸਤੋ ਇਸੇ ਮਨ ਬਾਰੇ ਮਹਾਤਮਾ ਬੁੱਧ ਇੱਕ ਜਗ੍ਹਾ ਲਿਖਦੇ ਹਨ ਦ ਮਾਇੰਡ ਇਜ਼ ਐਵਰੀਥਿੰਗ ਵਟ ਯੂ ਥਿੰਕ ਯੂ ਬਿਕਮ ਮਨ ਹੀ ਸਭੋ ਕੁਝ ਹੈ ਭਾਵ ਮਨ ਅਤਿਅੰਤ ਸ਼ਕਤੀਆਂ ਦਾ ਮਾਲਿਕ ਹੈ ਇਸ ਲਈ ਅੱਜ ਮਨ ਬਾਰੇ ਸੰਸਾਰ ਭਰ ਵਿੱਚ ਖੋਜ ਹੋ ਰਹੀ ਹੈ ਇਸ ਮਨ ਬਾਰੇ ਭਗਤ ਕਬੀਰ ਵਰ੍ਹਿਆਂ ਪਹਿਲੇ ਲਿਖ ਗਏ ਸਨ ਕਿ ਇਸ ਮਨ ਕੋ ਕੋਈ ਖੋਜੋ ਭਾਈ ਅਸੀਂ ਜ਼ਿੰਦਗੀ ਵਿੱਚ ਜੋ ਸੋਚਦੇ ਹਾਂ
ਉਹੀ ਬਣਦੇ ਹਾਂ। ਵਿਦਵਾਨਾਂ ਦਾ ਮਤ ਹੈ ਕਿ ਅਸੀਂ ਹਰ ਗੱਲ ਬਹੁਤੀ ਵਾਰ ਨਾ ਪੱਖੀ ਨਿਰਾਸ਼ਾਜਨਕ ਸੋਚ ਕੇ ਹੀ ਚੱਲਦੇ ਹਾਂ। ਸਾਨੂੰ ਕਿਸੇ ਹੋਰ ਉੱਤੇ ਤਾਂ ਕੀ, ਆਪਣੇ ਉੱਤੇ ਵੀ ਵਿਸ਼ਵਾਸ ਨਹੀਂ। ਦੋਸਤੋ, ਅਸੀਂ ਇੱਥੇ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਗਰੀਬ ਬਣਨ ਲਈ ਜਾਂ ਦੁੱਖਾਂ ਮੁਸੀਬਤਾਂ ਲਈ ਤਾਂ ਕਦੇ ਨਹੀਂ ਸੋਚਿਆ ਸੀ, ਨਹੀਂ ਕਦੇ ਨਹੀਂ ਸੋਚਿਆ ਸੀ, ਪਰ ਇਹ ਗਲਤੀ ਅਸਾਂ ਕੋਲੋਂ ਕਿਤੇ ਅਣਜਾਣੇ ਵਿੱਚ ਜ਼ਰੂਰ ਹੋਈ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਵੀ ਇਹੋ ਹੈ ਕਿ ਇਹ ਵਿਚਾਰਨਾ ਕਿ ਆਖਿਰ ਅਸੀਂ ਗਲਤ ਕਿੱਥੇ ਹੋਏ ਅਤੇ ਕਿਉਂ ਹੋਏ। ਇਸ ਜੀਵਨ ਵਿੱਚ ਵਿਚਰਦਿਆਂ ਅਸੀਂ ਜੋ ਸੋਚਾਂ ਸੋਚਦੇ ਰਹੇ, ਜੋ ਫੈਸਲੇ ਲੈਂਦੇ ਰਹੇ, ਜਿਨ੍ਹਾਂ ਰਾਹਾਂ 'ਤੇ ਅਸੀਂ ਤੁਰਦੇ ਰਹੇ, ਉਹਨਾਂ ਨੇ ਹੀ ਸਾਡਾ ਭਵਿੱਖ ਤੈਅ ਕੀਤਾ ਹੈ। ਇਹ ਸਭ ਕੁਝ ਗਲਤ ਜਾਂ ਠੀਕ ਦੀ ਸਾਰੀ ਜ਼ਿੰਮੇਵਾਰੀ ਸਿਰਫ ਅਤੇ ਸਿਰਫ ਸਾਡੀ ਹੀ ਬਣਦੀ ਹੈ। ਇਸ ਲਈ ਕਿਸੇ ਰੱਬ ਨੂੰ ਦੋਸ਼ ਦੇਣਾ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਬਰਾਬਰ ਹੈ। ਅਸੀਂ ਸੋਚਦੇ ਹਾਂ ਕਿ ਅਸੀਂ ਪਹਿਲੇ ਲਿਖੇ ਹੋਏ ਕਰਮਾਂ ਦਾ ਫਲ ਭੋਗ ਰਹੇ ਹਾਂ। ਸਾਡਾ ਵਿਚਾਰ ਹੈ ਕਿ ਅਸੀਂ ਜੀਵਨ ਵਿੱਚ ਕੀ ਕਰਨਾ ਹੈ, ਸਭ ਕੁਝ ਪਹਿਲੇ ਹੀ ਲਿਖ ਦਿੱਤਾ ਗਿਆ ਹੈ। ਪਰ ਜੇ ਅਜਿਹਾ ਹੈ ਤਾਂ ਫਿਰ ਇਹ ਭੱਜ ਦੌੜ, ਇਹ ਉਪਰਾਲੇ, ਇਹ ਸਭ ਕੀ ਖੇਲ ਹੈ? ਦੋਸਤੋ, ਜੀਵਨ ਉਹ ਹੈ ਜੋ ਅਸੀਂ ਸੰਸਾਰ ਵਿੱਚ ਵਿਚਰਦਿਆਂ ਕਮਾਇਆ, ਭਾਵ ਕੀਤਾ। ਅਸੀਂ ਜੋ ਸਮੇਂ ਸਮੇਂ 'ਤੇ ਫੈਸਲੇ ਲਏ, ਜੀਵਨ ਪੈਂਡੇ ਵਿੱਚ ਆਈਆਂ ਪਰਿਸਥਿਤੀਆਂ ਨੂੰ ਜੋ ਹੁੰਗਾਰਾ ਦਿੱਤਾ, ਉਸ ਅਨੁਸਾਰ ਹੀ ਸਾਨੂੰ ਉਸਦਾ ਫਲ ਜਾਂ ਨਤੀਜਾ ਮਿਲਿਆ। ਜੇ ਕਿਸੇ ਸਥਿਤੀ ਵਿੱਚ ਥੋੜ੍ਹਾ ਜਿਹਾ ਚੈਲੇਂਜ ਦੇਖ ਕੇ, ਕੋਈ ਚੁਣੌਤੀ ਦੇਖ ਕੇ ਅਸਾਂ ਭੱਜ ਖੜ੍ਹੇ ਹੋਣਾ ਹੈ, ਤਾਂ ਉਸ ਸਥਿਤੀ ਨੇ ਕੁਝ ਦੇਣ ਦੀ ਜਗ੍ਹਾ ਸਾਡਾ ਆਤਮ ਵਿਸ਼ਵਾਸ ਅਤੇ ਸਵੈ ਮਾਨ ਵੀ ਨਾਲ ਹੀ ਲੈ ਜਾਣਾ ਹੈ। ਅਸਲ ਵਿੱਚ ਅਸੀਂ ਬਹੁਤ ਡਰੂ ਹਾਂ, ਅਸੀਂ ਹਰ ਸਮੇਂ ਡਰ ਨਾਲ ਜੀਂਦੇ ਹਾਂ ਕਿ ਪਤਾ ਨਹੀਂ ਕੀ ਹੋ ਜਾਣਾ ਹੈ। ਅਸੀਂ ਭਵਿੱਖ ਲਈ ਜਾਂ ਕੁਝ ਅਜਿਹਾ ਵਾਪਰਨ ਤੋਂ ਸਦਾ ਡਰਦੇ ਹਾਂ ਜੋ ਸ਼ਾਇਦ ਕਦੇ ਨਾ ਹੋਵੇ। ਲਾਈਕ ਦੇ ਸੇ ਇਨ ਇੰਗਲਿਸ਼, ਇਟ ਮਾਈ ਨੈਵਰ ਹੈਪਨ। ਸਾਡਾ ਇਹ ਡਰ ਸਦਾ ਕਾਲਪਨਿਕ ਹੈ, ਇਮੈਜਨਰੀ ਹੈ, ਕਿਉਂਕਿ ਸਾਨੂੰ ਹਮੇਸ਼ਾ ਕੱਲ੍ਹ ਦੀ ਸੋਚ ਖਾ ਰਹੀ ਹੈ, ਕੱਲ੍ਹ ਜੋ ਬੀਤ ਚੁੱਕਾ ਹੈ ਜਾਂ ਕੱਲ੍ਹ ਜੋ ਅਜੇ ਆਉਣਾ ਹੈ। ਪਰ ਵਰਤਮਾਨ ਵੱਲੋਂ ਅਤੇ ਹੁਣ ਇਸ ਪਲ ਵੱਲੋਂ ਅਸੀਂ ਬਿਲਕੁਲ ਅਭੇਜ ਹਾਂ। ਹੁਣ ਇਸ ਪਲ ਅਸੀਂ ਕਿਸੇ ਮੁਸ਼ਕਲ ਵਿੱਚ ਨਹੀਂ ਹੁੰਦੇ, ਪਰ ਅਸੀਂ ਇਸ ਪਲ ਬਾਰੇ ਨਾ ਸੋਚਦੇ ਹਾਂ ਅਤੇ ਨਾ ਇਸਦਾ ਆਨੰਦ ਮਾਣਦੇ ਹਾਂ। ਸੋ ਅਸਲ ਵਿੱਚ ਸਾਡੇ ਦੁੱਖ ਮੌਜੂਦ ਨਹੀਂ ਹੁੰਦੇ, ਬਸ ਅਸੀਂ ਉਹਨਾਂ ਨੂੰ ਮਹਿਸੂਸ ਕਰਕੇ ਦੁਖੀ ਹੋ ਰਹੇ ਹੁੰਦੇ ਹਾਂ। ਅਸੀਂ ਅਜਿਹੇ ਵਿੱਚ ਆਪਣੇ ਖਿਆਲੀ ਦੁੱਖਾਂ ਦੇ ਦੁੱਖਾਂ ਵਿੱਚ ਜੀ ਰਹੇ ਹੁੰਦੇ। ਇੰਝ ਅਸੀਂ ਮਨ ਦੀ ਖੇਲ ਵਿੱਚ ਗੁਆਚੇ ਹੁੰਦੇ ਹਾਂ ਜੋ ਸਾਨੂੰ ਸਦਾ ਭਵਿੱਖ ਵਿੱਚ ਜਾਂ ਬੀਤੇ ਵਿੱਚ ਫਸਾਈ ਰੱਖਦਾ ਹੈ। ਜੇ ਧਿਆਨ ਨਾਲ ਸੋਚੀਏ ਤਾਂ ਭਵਿੱਖ ਅਤੇ ਭੂਤਕਾਲ ਦੋਵੇਂ ਇੱਕ ਤਰ੍ਹਾਂ ਨਾਲ ਕਾਲਪਨਿਕ ਹਨ, ਕਿਉਂਕਿ ਦੋਵੇਂ ਇਸ ਸਮੇਂ ਮੌਜੂਦ ਨਹੀਂ ਹਨ। ਕਦੇ ਕੰਪਿਊਟਰ 'ਤੇ ਤੁਸੀਂ ਕੋਈ ਖੇਡ ਖੇਡੀ ਹੈ? ਕੰਪਿਊਟਰ 'ਤੇ ਖੇਡ ਖੇਡਦਿਆਂ ਜੇ ਤੁਸੀਂ ਕੰਪਿਊਟਰ ਨਾਲ ਖੇਡ ਰਹੇ ਹੋ, ਤਾਂ ਵੀ ਤੁਸੀਂ ਕਈ ਵਾਰ ਜਿੱਤ ਜਾਂਦੇ ਹੋ ਅਤੇ ਕਈ ਵਾਰ ਕੰਪਿਊਟਰ ਜਿੱਤ ਜਾਂਦਾ ਹੈ। ਪਰ ਖਿਡਾਰੀ ਨੂੰ ਪਤਾ ਹੁੰਦਾ ਹੈ ਕਿ ਉਹ ਕਦੋਂ ਗਲਤ ਚਾਲ ਚੱਲਿਆ ਅਤੇ ਕੰਪਿਊਟਰ ਜਿੱਤ ਗਿਆ। ਇਸ ਦੀ ਕੀ ਵਜ੍ਹਾ ਹੈ? ਕੀ ਕੰਪਿਊਟਰ ਬਣਾਉਣ ਵਾਲੇ ਨੇ ਕੰਪਿਊਟਰ ਦਾ ਹਾਰਨਾ ਜਾਂ ਜਿੱਤਣਾ ਨਿਸ਼ਚਿਤ ਨਹੀਂ ਸੀ ਕੀਤਾ? ਬਿਲਕੁਲ ਨਹੀਂ, ਕਿਉਂਕਿ ਅਸਲ ਵਿੱਚ ਉਸਨੇ ਕੰਪਿਊਟਰ ਦੀ ਖੇਡ ਬਣਾਈ, ਪਰ ਇਸ ਦਾ ਨਤੀਜਾ ਇਸ ਗੱਲ 'ਤੇ ਛੱਡਿਆ ਕਿ ਕਦੋਂ ਕਿਹੜਾ ਖਿਡਾਰੀ ਕੀ ਚਾਲ ਕੀ ਮੂਵ ਚੱਲਦਾ ਹੈ, ਅਤੇ ਨਤੀਜਾ ਖਿਡਾਰੀ ਦੀ ਉਸ ਚਾਲ ਉੱਤੇ ਨਿਰਭਰ ਕਰਦਾ ਹੈ। ਬਿਲਕੁਲ ਇਸੇ ਤਰ੍ਹਾਂ ਹੀ ਰੱਬ ਨੇ ਸਾਨੂੰ ਬਣਾ ਕੇ ਇੱਕ ਖੇਡ ਹੀ ਬਣਾਈ ਹੈ, ਪਰ ਸਾਨੂੰ ਸੋਚਣ ਦੀ ਆਜ਼ਾਦੀ ਅਤੇ ਫੈਸਲੇ ਲੈਣ ਦੀ ਆਜ਼ਾਦੀ, ਫਰੀ ਵਿਲ ਦਿੱਤੀ ਹੈ। ਅਸੀਂ ਜੀਵਨ ਵਿੱਚ ਕਿਸੇ ਕੰਮ ਨੂੰ ਕਰਦਿਆਂ ਜੋ ਫੈਸਲੇ ਲੈਂਦੇ ਹਾਂ, ਜੋ ਚਾਲ ਚੱਲਦੇ ਹਾਂ, ਉਹੀ ਤੈਅ ਕਰਦੇ ਹਨ ਕਿ ਅਸੀਂ ਜ਼ਿੰਦਗੀ ਵਿੱਚ ਕਿੱਥੇ ਪੁੱਜਣਾ ਹੈ। ਸ਼ਾਇਦ ਤੁਸੀਂ ਵੋਲਫ ਮੈਸਿੰਗ ਦਾ ਨਾਮ ਸੁਣਿਆ ਹੋਵੇਗਾ, ਜੋ ਆਪਣੀ ਜੀਵਨੀ ਵਿੱਚ ਲਿਖਦਾ ਹੈ ਕਿ 1910 ਵਿੱਚ ਜਦੋਂ ਉਹ ਸਿਰਫ 15 ਸਾਲ ਦਾ ਸੀ, ਆਪਣੇ ਘਰੋਂ ਦੌੜ ਗਿਆ। ਉਸ ਕੋਲ ਪੈਸੇ ਨਹੀਂ ਸਨ ਕਿ ਉਹ ਗੱਡੀ 'ਤੇ ਸਫ਼ਰ ਕਰਨ ਲਈ ਟਿਕਟ ਖਰੀਦ ਸਕੇ। ਇਸ ਲਈ ਉਹ ਜਰਮਨੀ ਵਿੱਚ ਬਿਨਾਂ ਟਿਕਟ ਹੀ ਗੱਡੀ ਵਿੱਚ ਸਫ਼ਰ ਕਰਨ ਲਈ ਚੜ੍ਹ ਗਿਆ। ਅਚਾਨਕ ਉਸਨੇ ਦੇਖਿਆ ਕਿ ਟਿਕਟ ਚੈੱਕਰ ਆ ਗਿਆ ਹੈ, ਉਹ ਕਾਰ ਗੱਡੀ ਦੀ ਸੀਟ ਹੇਠਾਂ ਲੁਕਿਆ, ਪਰ ਟਿਕਟ ਚੈੱਕਰ ਦੀ ਨਜ਼ਰ ਫਿਰ ਵੀ ਉਸ 'ਤੇ ਪੈ ਗਈ। ਹੁਣ ਮੈਸਿੰਗ ਸਾਹਿਬ ਦਾ ਸਾਹ ਸੁੱਕਣ ਲੱਗਾ ਅਤੇ ਸਰੀਰ ਕੰਬਣ ਲੱਗਾ। ਟਿਕਟ ਚੈੱਕਰ ਬਿਲਕੁਲ ਉਸਦੇ ਕੋਲ ਆ ਕੇ ਖੜ੍ਹਾ ਹੋ ਗਿਆ। ਉਹ ਲਿਖਦਾ ਹੈ ਕਿ ਇਸ ਠੰਡੇ ਮੌਸਮ ਵਿੱਚ ਵੀ ਉਸਦੇ ਪਸੀਨੇ ਛੁੱਟ ਰਹੇ ਸਨ ਕਿ ਅਚਾਨਕ ਉਸਨੂੰ ਆਪਣੇ ਨੇੜੇ ਪਿਆ ਇੱਕ ਕਾਗਜ਼ ਨਜ਼ਰ ਆਇਆ।
उसने वो कागज़ का टुकड़ा चुकया, अखां बंद कीतियां ते वार वार ये दोहराना शुरू किया कि ये टिकट है, ये टिकट है, ये टिकट है। तो नाल ही उसने परमात्मा नूं अरदास की कि टिकट चैकर नूं ये टिकट ही नज़र आए। तो फिर उसने वो टिकट चैकर के हाथ में थमा दिता। टिकट चैकर ने वो टुकड़ा फड़िया, उसनू मशीन नाल क्लिक किया, तो कहन लगा, यंग मैन, जे तेरे कोल टिकट है तो हेठा क्यों लुकिया है? डर अते जरूरत ने वोल्फ मैसिंग की सोच इतनी गहरी कर दी सी कि उसकी सोच ने उस कागज़ के टुकड़े नू चैकर लई एक टिकट का रूप दे दिता। ए वोल्फ मैसिंग बाद विच बहुत मशहूर होया, तो हिटलर ने इस दे सिर का मुल उस समय 2,00,000 मार्क रखिया सी। 1946 विच मैसिंग नू स्टालिन दे सामने ले जाया गया। स्टालिन ने मैसिंग की प्रीख्या लैन लई उसनू बैंक नाल ठगी करन लई भी कहा, अते इसनू 2 सिक्योरिटी गार्डां दे नाल बैंक भेजिया गया। इसने एक कागज़ का टुकड़ा चुकया, उसनू कुछ पल देखिया, तो फिर बैंक कर्मचारी नू दे दिता। बैंक कर्मचारी ने उस कागज़ नू चैक समझ के 1,00,000 रूबल मैसिंग साहब नू दे दिता। जदों मैसिंग ने वो पैसा स्टालिन दे सामने लिया के रख्या तो स्टालिन दी हैरानगी दी कोई हद ना रही। तो फिर मैसिंग ने की कीता कि वो पैसा लैके वो बैंक कर्मचारी कोल गया, पैसा उसके सामने रख के अपने कागज़ की मांग की। हुण जदों उस कर्मचारी ने वो चैक कढ़िया तो वो ये देख के बेहोश हो गया कि उसने कागज़ नू चैक समझ के मैसिंग नू 1,00,000 रुपया दे दिता सी। असल विच इसनू आकर्षण का सिद्धांत लॉ ऑफ अट्रैक्शन का नाम दिता गया है। इस अनुसार असी जिस वस्त का जा सोच ते इस अनुसार असी जिस वस्त जा सोच ते ध्यान केंद्रित करते हाँ वो ही सानू मिलती है। पर साड़ी त्रासदी यह है कि असी अपने दुखां तकलीफां ते घाटां दा हर पल जिक्र करते हाँ, भाव अपना ध्यान हर घड़ी इन्हां दे ही केंद्रित रखते हाँ, इस करके ही सानू ये सब कुछ मिलता है। दोस्तों, मैं जदों लैस्टर विच एक छोटी जिही फैक्टरी तो कामकार चला रहा सी तां वड्डी फैक्टरी की बहुत लोड़ महसूस होने लगी। मैं कई वड्डियां वड्डियां फैक्टरियां देखियां पर कोई पसंद ना आवे। मैं जदों भी फैक्टरी देख के आना तो सारे ने पूछना कि पसंद आई, तो मैं कहना कि नहीं। उन्हें पूछना कि आखिर की कारण है, तू किहो जिही फैक्टरी की तलाश कर रहा है? तो मैं कहना कि एक तो फैक्टरी ग्राउंड फ्लोर पर होनी चाहिए है, दूजा उसकी अपनी वक्री पार्किंग होनी चाहिए, तीजा उस विच एक पासे तो गड्डियां आउण दा रस्ता होना चाहिए, तो दूजे पासे गड्डियां जाण दा रस्ता होना चाहिए है, ता कि जदों कपड़े की डिलीवरी आवे वो एक पासे तो आवे अते दूजे पासे तो तैयार किया होया जो काम है वह जा सके। इंज ना तो समा खराब होंदा है ते नाले इस तरह चंगा भी लगता है। सारिया ने इस गल ते हसना अते कहना कि बस सुपने ही देखी जाणी, इंज दी फैक्टरी तैनूं किते नहीं मिलनी। पर क्योंकि मैं जदों दूजियां फैक्टरियां विच खुद काम किया सी तां कई तरह दीआं मुश्किलां देख चुका सां, इसलिए मैं अपने मन में यह चंगी तरह तय किया होया सी कि भावें किन्ना समां लगे फैक्टरी इस तरह की ही लैनी है। तो दोस्तों, जदों मैनूं फैक्टरी मिली तो यह बिल्कुल मेरे सुपने वर्गी सी। ये सब उस समय अनजाने विच होया सी, मैनूं यह चेते भी नहीं सी कि जदों असी दृढ़ इरादे नाल कोई फैसला लैंदे हाँ अते फिर उस उत्ते पहरा दिंदे हाँ तो कुदरत भी साड़ी उस विच मदद करती है। मैनू मेरे जीवन में बहुत बारी कामयाबी मिली तो बहुत बारी हार का मूँह भी देखना पिया। जदों उस सब कुछ नूं हुण विचारिया अते समझण की कोशिश की तो पता चलिया कि किस जगह पर की ठीक अते की गलत होया ते उसका की कारण सी। इस तरह ही कई बार अचानक असी किसी बीमारी की जकड़ विच आ जाते हैं अते उस बीमारी की हालत विच सोच सोच के होर भी गंभीर अवस्था विच जा पुछदे हाँ। सानू लगता है कि शायद असी पिछले जन्म दे कीते हुए गुनाहां दी सज़ा भुगत रहे हाँ। दोस्तों, अपने दुखां नू किस्मत जां सज़ा ना समझो ते ना ही इस दी जिम्मेवारी उस रब ते पाओ
नहीं तो सदा इस विच ही गर्क होए रहोगे। ये ना भुलो कि इस जीवन विच विचरदिया तुसी जिस तरीके विच विचरे उसका नतीजा है सज़ा। ये ना भुलो कि इस जीवन विच विचरदिया तुसी जिस तरीके विचरे ये उसका नतीजा है सज़ा नहीं। असी क्यों भुल जाते हाँ कि इस जन्म विच विचरदिया असी किसी भी शै नू खाण तो परहेज ना कर सके। इस पेट नू ड्रम समझ हर चंगी अते माड़ी शै इस विच सुटदे रहे। ओ साढ़े इस जन्म दे गुनाह सन ते असी उन्हां नू भी तो भुगतना है। पर हुण तुसी पुछ सकदे हो अजिहे विच कीता की जाए। उठो ते एक बार पूरे जोश पूरी एनर्जी नाल अपने अंदरों कहो कि इफ वी डोंट डू समथिंग न्यू नथिंग न्यू विल हैपन। जे असी कुछ भी नवा ना कीता तां कुछ भी नवा नहीं होवेगा। हुण अपने जीवन वल झात मारो ते तको तुसी की नवा कर सकते हो की बदल सकते हो। पर सदा याद रखो सतगुर सबना का भला मनाइंदा। ओ रब ओ परमपिता परमेश्वर किसी का भी बुरा नहीं चाहता। तुहानू दुखी जा बीमार देख के उसनू कोई खुशी जा चा नहीं चढ़ता। तुसी सिर्फ ये करो कि अपने मन नाल केवल वो सोचो जो तुसी चाहते हो। जेकर चंगी सेहत चाहते हो तो बीमारी बारे सोचना छड़ दो। जे कोई मुश्किल है डॉक्टर ना गल करके दवाई ले लो। बस तुसी इन्ना ही करो तो तुसी सिर्फ इन्ना ही कर सकते हो। डॉक्टर नू बीमारी बारे सोचण दिओ ये उसका काम है। तुसी तंदुरुस्त होना चाहते हो तो सिर्फ तंदुरुस्ती बारे सोचो। घरों बाहर निकल के किसी पार्क विच जाण बारे सोचो। सिर्फ सोचो ही क्यों, जे हो सकता है तो कोशिश करो तो कुछ समय लिए बाहर निकल जाओ। दोस्तों मित्रां नाल बह के आनंद लैण बारे सोचो क्योंकि बीमारी बारे चिंता करदिआं साडे शरीर विचले कैमिकल्स का बैलेंस होर भी विगड़ जाता है जिस नाल साडी जो पाचन क्रिया है ये विगड़ जाती है जो साडे अंदरलियां बीमारियां नूं वधन फुलन विच होर भी मदद करती है। जे किसी वजह करके असी किसी बीमारी की जद विच आ ही गए हाँ तो भी जरूरी है कि अपनी बीमारी नूं बहुता नहीं तो थोड़ा भुल के अपना कार व्यवहार विच मन लाउण की कोशिश करिए। बाहर अंदर आउण जाण की कोशिश करिए। जिवें कहिंदे हन हिम्मत मर्दा मदद दे खुदा। उस तरह हौली हौली तुहाडा शरीर खुलन लगेगा अते तुसी तंदुरुस्ती वल तुर पाओगे। पर जे तुसी बीमार होंदिया ही ढेरी ढा के पै गए तो कोई तुहाडी मदद नहीं कर सकता। डॉक्टर भी दवाई दे सकता है जीवन की इच्छा नहीं। जीवन की इच्छा तुसी अपने अंदरों ही पैदा करनी है। सानू अपने मन अंदरों हर तरह का डर कढ के आस अते हिम्मत रख के तुरना पवेगा। कदम पहला ही पुटना मुश्किल होंदा है। जिवें कसरत शुरू करन लई जाना होवे तां मन हज़ार बहाने कढ़न लगता है पर जे एक बार तुर पए अते जिम पहुँच गए तो सब ठीक हो जाता है। दोस्तों इस तरह जे काम विच मुश्किलां आ रही हैं तो उन्हां मुश्किलां बारे सोच सोच के झूरी ही ना जाओ। मुश्किलां दे हल बारे सोचो। किसे ते इल्ज़ाम तराशी ना करो सगों एक दूसरे की सलाह मशवरे नाल मुश्किलों के हल ढूंढन की कोशिश करो। ये सब पसारा जो असी तक रहे हाँ इस सोच की उपज है, सोच की देन है। ये किसी की सोच विचों उगमिया एक ख्याल ही तो है जो उस वस्त का रूप धारी तुहाडे आले दुआले की शोभा बनया है। ये सड़कों पर बेतहाशा दौड़दियां कारां बसां गड्डियां जहाज अते जो मैं तुहानू टैलीविजन ते इंज मुखातिफ हाँ ये सब की है किसी की सोच विचों उपजा एक ख्याल एक बीज ही तो है। ये सोच ही हर प्राप्ति की जन्मदाती है। असी अक्सर अपन कमजोरियाँ दुखों ते मुसीबतों लिए कदे रब न कदे किस्मत न कदे किसी रिश्तेदार भाई भैन दोष देंगे हाँ कि मैं ये सब कुछ उन्हों करके सह रहा हाँ। विद्वान जैक कैनफील्ड लिखता है ऑल ब्लेम इज़ अ वेस्ट ऑफ टाइम। नो मैटर हाउ मच फॉल्ट यू फाइंड विद एनअदर एंड रिगार्डलैस ऑफ हाउ मच यू ब्लेम हिम इट विल नॉट चेंज यू।
ਭਾਵ ਕਿਸੇ ਦੂਸਰੇ ਨੂੰ ਦੋਸ਼ ਦੇਣਾ ਸਿਰਫ ਸਮਾਂ ਖਰਾਬ ਕਰਨ ਤੋਂ ਵੱਧ ਕੁਝ ਨਹੀਂ ਹੈ। ਤੁਸੀਂ ਕਿੰਨਾ ਵੀ ਦੂਸਰੇ ਵਿੱਚ ਦੋਸ਼ ਲੱਭੋ ਜਾਂ ਉਸਨੂੰ ਦੋਸ਼ ਦਿਓ, ਇਹ ਤੁਹਾਨੂੰ ਨਹੀਂ ਬਦਲ ਸਕਦਾ। ਭਾਵ ਜੇ ਅਸੀਂ ਆਪਣੇ ਹਾਲਾਤ ਬਦਲਣਾ ਚਾਹੁੰਦੇ ਹਾਂ ਤਾਂ ਸਾਨੂੰ ਖੁਦ ਨੂੰ ਹੀ ਕੁਝ ਕਰਨਾ ਪਵੇਗਾ। ਕਿਸੇ ਵਿਦਵਾਨ ਨੇ ਲਿਖਿਆ ਹੈ, ਵੈਨ ਵੀ ਚੇਂਜ ਦ ਵਰਲਡ ਚੇਂਜਿਸ, ਵੈਨ ਵੀ ਚੇਂਜ ਦ ਵਰਲਡ ਚੇਂਜਿਸ, ਜਦੋਂ ਅਸੀਂ ਬਦਲ ਜਾਂਦੇ ਹਾਂ ਤਾਂ ਦੁਨੀਆ ਬਦਲ ਜਾਂਦੀ ਹੈ। ਦੋਸਤੋ, ਮੰਨ ਲਓ ਤੁਸੀਂ ਜ਼ਿੰਦਗੀ ਵਿੱਚ ਕੋਈ ਖਾਸ ਕੰਮ ਕਰਨਾ ਚਾਹੁੰਦੇ ਹੋ, ਤੁਹਾਡਾ ਕੋਈ ਸੁਪਨਾ ਹੈ, ਆਪਣੇ ਸੁਪਨੇ ਨੂੰ, ਆਪਣੀ ਉਸ ਇੱਛਾ ਨੂੰ ਇੱਕ ਕਾਗਜ਼ 'ਤੇ ਲਿਖੋ ਅਤੇ ਫਿਰ ਉਸ ਦੀ ਪ੍ਰਾਪਤੀ ਲਈ ਤੁਸੀਂ ਕੀ ਯਤਨ ਕਰ ਸਕਦੇ ਹੋ ਉਹ ਵੀ ਲਿਖੋ। ਜਿਵੇਂ ਹਰ ਵਸਤੂ ਦੀ ਕੋਈ ਨਾ ਕੋਈ ਕੀਮਤ ਤਾਰਨੀ ਪੈਂਦੀ ਹੈ, ਉਸੇ ਤਰ੍ਹਾਂ ਹੀ ਇਹ ਯਤਨ ਹੀ ਸਾਡੇ ਸੁਪਨੇ ਦੀ ਕੀਮਤ ਹੁੰਦੇ ਹਨ। ਹੁਣ ਬੈਠ ਕੇ ਵਿਚਾਰੋ, ਇੱਕ ਯੋਜਨਾ ਬਣਾਓ ਕਿ ਮੇਰੀ ਇਸ ਸੁਪਨੇ ਦੀ ਪ੍ਰਾਪਤੀ ਲਈ ਕਿੰਨਾ ਕਿੰਨਾ ਯਤਨਾਂ ਦੀ ਜ਼ਰੂਰਤ ਹੈ। ਇਸ ਨੂੰ ਕਹਿੰਦੇ ਹਨ ਮੰਜ਼ਿਲ 'ਤੇ ਪਹੁੰਚਣ ਦਾ ਖਾਕਾ ਤਿਆਰ ਕਰਨਾ, ਭਾਵ ਅਮਲਾਂ ਦਾ ਬਿਓਰਾ ਜਾਂ ਤੁਹਾਡਾ ਪਲੈਨ ਆਫ ਐਕਸ਼ਨ। ਆਪਣੇ ਸੁਪਨੇ ਨੂੰ ਲਿਖਣ ਦਾ ਅਰਥ ਹੈ, ਇੱਕ ਤਾਂ ਸਾਨੂੰ ਪਤਾ ਹੋਵੇ ਕਿ ਅਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹਾਂ ਅਤੇ ਕਿਵੇਂ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇੰਝ ਕੁਦਰਤ ਵੀ ਸਮਝ ਜਾਂਦੀ ਹੈ ਕਿ ਅਸੀਂ ਆਪਣੇ ਇਸ ਉਦੇਸ਼ ਪ੍ਰਤੀ ਕਿੰਨੇ ਗੰਭੀਰ ਹਾਂ ਅਤੇ ਉਹ ਵੀ ਇਸ ਸੁਪਨੇ ਦੀ ਪ੍ਰਾਪਤੀ ਵਿੱਚ ਸਾਡੀ ਮਦਦ ਕਰਨ ਲੱਗਦੀ ਹੈ। ਅਤੇ ਦੂਸਰਾ, ਸਾਡੇ ਅਵਚੇਤਨ ਮਨ ਨੂੰ ਵੀ ਪਤਾ ਹੋਵੇ ਕਿ ਸਾਡਾ ਉਦੇਸ਼ ਕੀ ਹੈ। ਸਾਡਾ ਮਨ ਹਰ ਸਮੇਂ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ। ਜੇ ਅਸੀਂ ਆਪਣੇ ਨਿਸ਼ਾਨੇ ਨੂੰ ਸਾਫ਼ ਅਤੇ ਸਧਾਰਨ ਜਿਹੇ ਸ਼ਬਦਾਂ ਵਿੱਚ ਲਿਖ ਲਵਾਂਗੇ ਅਤੇ ਸਵੇਰੇ ਸ਼ਾਮ ਉਸਨੂੰ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਸਾਡੇ ਮਨ ਅੰਦਰ ਉਤਰ ਜਾਵੇਗਾ, ਜਿਸ ਨਾਲ ਹੋਰ ਸੋਚਾਂ ਦੀ ਜਗ੍ਹਾ ਅਸੀਂ ਜਦ ਵੀ ਵਿਹਲੇ ਕੁਝ ਸੋਚ ਰਹੇ ਹੋਵਾਂਗੇ ਤਾਂ ਕਈ ਵਾਰੀ ਤਾਂ ਮਨ ਆਪ ਹੀ ਸਾਡੇ ਉਸ ਨਿਸ਼ਾਨੇ ਬਾਰੇ ਸੋਚਣ ਲੱਗੇਗਾ ਅਤੇ ਕਈ ਵਾਰੀ ਅਸੀਂ ਖੁਦ ਇਸ ਨੂੰ ਸਾਡੇ ਨਿਸ਼ਾਨੇ ਬਾਰੇ ਸੋਚਣ ਲਈ ਪ੍ਰੇਰ ਸਕਾਂਗੇ। ਆਪਣੇ ਨਿਸ਼ਾਨੇ ਨੂੰ ਅਸੀਂ ਕਿਤੇ ਅਜਿਹੀ ਜਗ੍ਹਾ 'ਤੇ ਟੰਗ ਕੇ ਵੀ ਰੱਖ ਸਕਦੇ ਹਾਂ ਜਿੱਥੇ ਇਹ ਸਾਡੀਆਂ ਨਜ਼ਰਾਂ ਦੇ ਸਾਹਮਣੇ ਰਹੇ, ਜਿਸ ਨਾਲ ਅਸੀਂ ਬਹੁਤ ਸਾਰਾ ਬੇਲੋੜਾ ਸੋਚਣ ਤੋਂ ਵੀ ਬਚ ਸਕਾਂਗੇ। ਦੋਸਤੋ, ਇੱਕ ਸੋਚ, ਇੱਕ ਵਿਚਾਰ ਅਸਲ ਵਿੱਚ ਇੱਕ ਬੀਜ ਦੀ ਤਰ੍ਹਾਂ ਹੈ। ਇਸ ਨੂੰ ਮੈਂ ਇੰਝ ਵੀ ਬਿਆਨ ਕਰ ਸਕਦਾ ਹਾਂ, ਜਿਵੇਂ ਜੀਵਨ ਇੱਕ ਧਰਤੀ ਹੈ, ਸੋਚ ਜਾਂ ਵਿਚਾਰ ਇੱਕ ਬੀਜ ਅਤੇ ਕਿਸਮਤ ਇਸ ਤੋਂ ਉੱਗਣ ਵਾਲਾ ਇੱਕ ਪੌਦਾ। ਇਸ ਪੌਦੇ ਨੂੰ ਸੁੱਖ ਦੁੱਖ ਦਾ, ਅਮੀਰੀ ਗਰੀਬੀ ਦਾ ਫਲ ਲੱਗਦਾ ਹੈ। ਜੇ ਸੋਚ ਉਦਾਸ ਹੈ, ਦੁਖੀ ਹੈ, ਨਿਰਾਸ਼ਾ ਭਰੀ ਹੈ, ਜੇ ਬੀਜ ਹੀ ਬੇਕਾਰ ਹੈ ਤਾਂ ਪੌਦਾ ਭਾਵ ਕਿਸਮਤ ਕਦੇ ਵੀ ਖੁਸ਼ੀਆਂ ਭਰਿਆ ਕਿਵੇਂ ਹੋ ਸਕਦੀ ਹੈ? ਉਸ ਪੌਦੇ ਦਾ ਫਲ ਵੀ ਦੁੱਖਾਂ ਭਰਿਆ ਹੀ ਹੋਵੇਗਾ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਨਾਲ ਨਾਰਾਜ਼ਗੀ ਕਾਰਨ ਜਾਂ ਜੈਲਸੀ ਕਾਰਨ ਉਸ ਬਾਰੇ ਬੁਰਾ ਸੋਚਦੇ ਹਾਂ ਜਾਂ ਗਲਤ ਸੋਚਦੇ ਹਾਂ ਤਾਂ ਉਹ ਬੀਜ ਅਸੀਂ ਆਪਣੇ ਅੰਦਰ ਬੋ ਰਹੇ ਹਾਂ। ਇਸ ਨਾਲ ਉਸਨੂੰ ਤਾਂ ਸ਼ਾਇਦ ਕੋਈ ਨੁਕਸਾਨ ਨਾ ਹੋਵੇ, ਪਰ ਉਸ ਦੁੱਖ ਦਾ, ਮੁਸੀਬਤ ਦਾ ਪੌਦਾ ਤੁਹਾਡੇ ਅੰਦਰ ਜ਼ਰੂਰ ਪਨਪ ਪਿਆ ਹੈ। ਤੁਸੀਂ ਆਪਣੇ ਲਈ ਟੋਇਆ ਜ਼ਰੂਰ ਪੁੱਟ ਲਿਆ ਹੈ। ਪਰ ਇਹ ਸਭ ਦੇ ਉਲਟ, ਜੇਕਰ ਅਸੀਂ ਹਰ ਸਮੇਂ ਲੋਕਾਂ ਵਿੱਚ ਪਿਆਰ ਵੰਡਦੇ ਹਾਂ, ਕਿਸੇ ਨੂੰ ਰੋਟੀ ਖਾਂਦਾ ਦੇਖ ਖੁਸ਼ ਹੁੰਦੇ ਹਾਂ, ਕਿਸੇ ਦੀ ਸਫਲਤਾ ਨਾਲ ਆਪਣੇ ਘਰ ਵੀ ਖੁਸ਼ੀ ਵਿੱਚ ਝੂਮਣ ਲੱਗਦੇ ਹਾਂ ਤਾਂ ਸਾਡੀਆਂ ਖੁਸ਼ੀਆਂ ਵੀ ਦੁੱਗਣੀਆਂ ਹੋਣ ਲੱਗਦੀਆਂ ਹਨ। ਇਸ ਸਭ ਦਾ ਕੀ ਅਰਥ ਹੈ? ਇਸ ਦਾ ਅਰਥ ਹੈ, ਜਦ ਅਸੀਂ ਖੁਸ਼ੀ ਵੰਡਦੇ ਹਾਂ ਤਾਂ ਖੁਸ਼ੀ ਵੱਧਦੀ ਹੈ ਅਤੇ ਜਦੋਂ ਅਸੀਂ ਲੋਕਾਂ ਨੂੰ ਗਮ ਜਾਂ ਦੁੱਖ ਦਿੰਦੇ ਹਾਂ ਤਾਂ ਉਹ ਵੀ ਵੱਧਦੇ ਹਨ, ਪਰ ਕਿਸੇ ਦੂਸਰੇ ਦੇ ਲਈ ਨਹੀਂ, ਸਾਡੇ ਆਪਣੇ ਲਈ। ਅਤੇ ਆਓ ਹੁਣ ਇੱਕ ਵਾਰ ਫਿਰ ਤੁਹਾਨੂੰ ਯਾਦ ਦਿਲਾਈਏ ਕਿ ਅੱਜ ਦਾ ਵਿਸ਼ਾ ਕੀ ਸੀ। ਅੱਜ ਦਾ ਵਿਸ਼ਾ ਹੈ ਜੈਸਾ ਸੇਵੈ ਤੈਸਾ ਹੋਏ, ਜਿਸ ਵਿੱਚ ਅਸੀਂ ਇਹ ਚਰਚਾ ਕੀਤੀ ਕਿ ਸੋਚ ਦਾ ਸਾਡੇ ਜੀਵਨ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ। ਅਸੀਂ ਅੱਜ ਜੋ ਹਾਂ, ਜਿੱਥੇ ਹਾਂ, ਕੇਵਲ ਆਪਣੀ ਸੋਚ ਕਰਕੇ ਹਾਂ। ਦੋਸਤੋ, ਜੇ ਅਜਿਹਾ ਹੈ ਤਾਂ ਸਾਡੇ ਲਈ ਇਸ ਸੋਚ ਨੂੰ ਬਹੁਤ ਹੀ ਗਹਿਰਾਈ ਨਾਲ ਜਾਣਨਾ ਚਾਹੀਦਾ ਹੈ, ਭਾਵ ਇਹ ਸੋਚ ਕੀ ਹੈ, ਇਸ ਦਾ ਜਨਮ ਕਿਵੇਂ ਅਤੇ ਕਿਉਂ ਹੋਇਆ। ਇਸ ਬਾਰੇ ਖੁੱਲ੍ਹ ਕੇ ਵਿਚਾਰਾਂ ਕਰਾਂਗੇ ਅਗਲੇ ਹਫ਼ਤੇ ਦੇ ਇੰਸਪਾਇਰਿੰਗ ਮੂਮੈਂਟਸ ਪ੍ਰੋਗਰਾਮ ਵਿੱਚ, ਜਿਸ ਦਾ ਵਿਸ਼ਾ ਹੋਵੇਗਾ ਸੋਚ ਕੀ ਹੈ, ਵਟ ਇਜ਼ ਥਿੰਕਿੰਗ। ਪਿਆਰੇ ਦਰਸ਼ਕੋ, ਆਸ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਮੈਨੂੰ ਇੱਥੇ ਹੀ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੀ ਫੀਡਬੈਕ ਤੁਸੀਂ ਈਮੇਲ ਰਾਹੀਂ
info@akalchannel.tv ਤੇ ਦੇਣਾ ਨਾ ਭੁੱਲਣਾ। ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਾਂਗਾ ਅਗਲੇ ਹਫ਼ਤੇ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Whatever the mind can conceive, it can achieve. ਦੋਸਤੋ, ਜੀਵਨ ਫੁੱਲਾਂ ਦੀ ਸੇਜ ਹੈ ਜਾਂ ਕੰਡਿਆਂ ਦਾ ਵਿਛਾਉਣਾ? ਕਿਉਂ ਕੋਈ ਸਾਰੀ ਉਮਰ ਦੂਜਿਆਂ ਲਈ ਤਰਸ ਦਾ ਪਾਤਰ ਬਣਿਆ ਰਹਿੰਦਾ? ਕਿਉਂ ਕੁਝ ਲੋਕ ਹਰ ਪਲ ਹਰ ਘੜੀ ਦੁੱਖਾਂ ਮੁਸੀਬਤਾਂ 'ਚ ਘਿਰੇ ਰੱਬ ਨੂੰ ਕੋਸਦੇ ਤੁਰ ਜਾਂਦੇ ਹਨ? ਕਿਉਂ ਕਿਸੇ ਕਿਸੇ ਲਈ ਕਾਲੀ ਰਾਤ ਦੇ ਬਾਅਦ ਸੂਰਜ ਨਿਕਲਣ ਦੀ ਵੀ ਆਸ ਨਹੀਂ ਬਣਦੀ? ਇੰਸਪਾਇਰਿੰਗ ਮੂਮੈਂਟਸ।